ਰੇਡੀਓ ਚੰਨਵਰਦੇਸੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਗਗਨਦੀਪ ਹਾਜ਼ਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਯੂਨ ਦੇ ਵਿੱਚ ਚੀਨ ਦੇ ਬਾਰੇ ਡੋਨਾਲਡ ਡਰਾਮਪ ਕਿਹਾ ਚੀਨ ਦੇ ਕਾਰਨ ਦੇਖਣੇ ਪੈ ਰਹੇ ਨੇ ਇਹ ਦਿਨ ਨਿਊਜ਼ੀਲੈਂਡ ਸਰਕਾਰ ਵੱਲੋਂ ਕੰਮਿਆਦੀ ਪੂਰਤੀ ਦੇ ਲਈ ਐਸਐਸਈ ਵੀਜ਼ਾ ਜਾਰੀ ਆਤਵਾਦੀਆਂ ਦੇ ਲਈ ਡਰੋਨ ਰਾਹੀਂ ਹਥਿਆਰ ਸੌਟਰਾ ਪਾਕਿਸਤਾਨ ਏਕੇ 47 ਸਮੇਤ ਕਈ ਹਥਿਆਰ ਬਰਾਮਦ ਖੇਤੀਬਾੜੀ ਬੇਲ ਦੇ ਵਿਰੋਧ ਦੇ ਦਰਮਿਆਨ ਹਾਰੀ ਦੀਆਂ ਫਸਲਾਂ ਦੇ ਲਈ ਨਵਾਂ ਐਮਐਸਪੀ ਜਾਰੀ ਕੈਪਟਨ ਅਵਿੰਦਰ ਸਿੰਘ ਵੱਲੋਂ ਕੋਵਿਡ ਮਰੀਜ਼ਾਂ ਦੇ ਲਈ ਕੋਵਿਡ ਫਟੇ ਕਿਟ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ 25 ਸਤੰਬਰ ਨੂੰ ਸਵੇਰ ਵਾਰ ਦੇ ਵਿੱਚ ਕੀਤਾ ਜਾਵੇਗਾ ਚੱਕਾ ਜਾਮ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਨਾਲ ਸੰਬੰਧਿਤ ਵਾਸ਼ਿੰਗਟਨ ਦੁਆਏ ਇਸ ਖਬਰ ਦੇ ਅਨੁਸਾਰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੇ ਵਿੱਚ 22 ਸਤੰਬਰ 2020 ਨੂੰ ਹੋਈ ਉੱਚ ਪੱਧਰੀ ਆਮ ਬਹਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰਫ 7 ਮਿੰਟ ਦਾ ਭਾਸ਼ਣ ਦਿੱਤਾ ਉਹਨਾਂ ਨੂੰ ਦਿੱਤੇ ਗਏ ਸਮੇਂ ਦੇ ਅੱਧੇ ਸਮੇਂ ਤੋਂ ਘੱਟ ਸਮੇਂ ਦੇ ਵਿੱਚ ਹੀ ਉਹਨਾਂ ਨੇ ਆਪਣੀ ਗੱਲ ਖਤਮ ਕਰ ਦਿੱਤੀ ਭਾਸ਼ਣ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਚੀਨ ਤੇ ਹਮਲਾ ਕੀਤਾ ਗਿਆ। ਉਹਨਾਂ ਨੇ ਪੂਰੇ ਭਾਸ਼ਣ ਦੇ ਵਿੱਚ 11 ਵਾਰ ਚੀਨ ਦਾ ਨਾਮ ਲਿਆ। ਭਾਸ਼ਣ ਦੀ ਸ਼ੁਰੂਆਤ ਦੇ ਕੁਝ ਸੈਕਿੰਡਾਂ ਵਿੱਚ ਹੀ ਉਹਨਾਂ ਨੇ ਕੋਵਿਡ-19 ਨੂੰ ਚੀਨੀ ਵਾਇਰਸ ਦਾ ਨਾਮ ਦਿੱਤਾ ਸੀ ਅਤੇ ਇਸ ਦੇ ਲਈ ਪੀਜਿੰਗ ਨੂੰ ਜ਼ਿੰਮੇਵਾਰ ਠਹਿਰਾਇਆ। ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਦੂਜੇ ਵਿਸ਼ਵ ਯੁੱਧ ਦੇ ਨਾਲ ਤੁਲਨਾ ਕਰਦੇ ਹੋਏ ਇਸ ਨੂੰ ਇੱਕ ਗਲੋਬਲ ਸੰਘਰਸ਼ ਦੱਸਿਆ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਇੱਕ ਸੁਨਹਿਰੇ ਭਵਿੱਖ ਦੇ ਵੱਲ ਵੱਧ ਰਹੇ ਹਾਂ। ਅਜਿਹੇ ਵਿੱਚ ਜੋ ਦੇਸ਼ਪੁਰੀ ਦੁਨੀਆ ਦੇ ਵਿੱਚ ਕੋਰੋਨਾ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ ਉਹ ਚੀਨ ਹੈ। ਵਾਇਰਸ ਫੈ ਕਰੇਲੋ ਪੱਧਰ ਤੇ ਯਾਤਰਾ ਬੰਦ ਕਰ ਦਿੱਤੀ ਪਰ ਚੀਨ ਤੋਂ ਅੰਤਰਰਾਸ਼ਟਰੀ ਉਡਾਨਾਂ ਜਾਰੀ ਰੱਖੀਆਂ ਇਸ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨੀ ਸਰਕਾਰ ਅਤੇ WHO ਜੋ ਚੀਨ ਦੇ ਕੰਟਰੋਲ ਵਿੱਚ ਹੈ ਇਹਨਾਂ ਦੋਹਾਂ ਨੇ ਮਿਲ ਕੇ ਇਹ ਝੂਠ ਫੈਲਾਇਆ ਹੈ ਕਿ ਕੋਰੋਨਾ ਵਾਇਰਸ ਇਨਸਾਨ ਤੋਂ ਇਨਸਾਨ ਤੱਕ ਦੇ ਪ੍ਰਸਾਰ ਦਾ ਕੋਈ ਸਬੂਤ ਨਹੀਂ ਹੈ ਇਹਨਾਂ ਤੋਂ ਬਾਅਦ ਫਿਰ ਇੱਕ ਝੂਠ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ ਉਹਨਾਂ ਲੋਕਾਂ ਤੋਂ ਇਹ ਬਿਮਾਰੀ ਨਹੀਂ ਫੈਲਦੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਚੀਨ ਦੀਆਂ ਉਸ ਦੀਆਂ ਕਰਤੂਤਾਂ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਨਿਊਜ਼ੀਲੈਂਡ ਨਾਲ ਸੰਬੰਧਿਤ ਵੈਲਿੰਗਟਨ ਟੋਈਸ ਖਬਰ ਦੇ ਅਨੁਸਾਰ ਨਿਊਜ਼ੀਲੈਂਡ ਸਰਕਾਰ ਨੇ ਕੋਵਿਡ-19 ਦੇ ਕਾਰਨ ਆਰਥਿਕ ਵਿਵਸਥਾ ਦੇ ਹਰ ਖੇਤਰ ਦੇ ਵਿੱਚ ਆਈ ਮੰਦੀ ਤੋਂ ਉਬਰਣ ਦੇ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਇਸ ਲਈ ਦਿੱਤਾ ਹੈ ਤਾਂ ਹੁਣ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਪੈ ਰਹੀ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਾਹਰੀ ਕਾਮਿਆਂ ਨੂੰ ਨਿਊਜ਼ੀਲੈਂਡ ਦੇ ਵਿੱਚ ਲਿਆਉਣ ਦੇ ਲਈ ਸਪਲੀਮੈਂਟਰੀ ਸੀਜ਼ਨਲ employment ਵੀਜ਼ਾ ਖੋਲ੍ਹਿਆ ਹੈ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਖੇਤੀਬਾੜੀ ਵਾਲੇ ਖੇਤਰ ਦੇ ਵਿੱਚ ਲਿਆਇਆ ਜਾ ਸਕੇ ਇਸ ਦੇ ਤਹਿਤ ਨਿਊਜ਼ੀਲੈਂਡ ਸਰਕਾਰ ਪ੍ਰਮੁੱਖ ਉਦਯੋਗਾਂ ਦੇ ਵਿੱਚ ਕਿਰਤ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਸਹਾਇਤਾ ਦੇ ਲਈ ਇਮੀਗ੍ਰੇਸ਼ਨ ਨੀਤੀ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਹੈ ਕਿ ਦੋ ਅਹਿਮ ਸੈਕਟਰ ਜਿਨ੍ਹਾਂ ਦੀ ਅਸੀਂ ਸਹਾਇਤਾ ਕਰਨ ਜਾ ਰਹੇ ਹਨ ਉਹ ਹੈ ਬਾਗਬਾਨੀ ਅਤੇ ਵਾਈਨ ਉਗਾਉਣਾ ਇਹ ਖੇਤਰ ਉਦਯੋਗਾਂ ਦੀ ਇੱਕ ਸ਼੍ਰੇਣੀ ਦੇ ਵਿੱਚੋਂ ਹੈ ਜੋ ਨਿਊਜ਼ੀਲੈਂਡ ਦੀ ਕੋਵਿਡ-19 ਆਰਥਿਕ ਬਹਾਲੀ ਦਾ ਸਮਰਥਨ ਕਰਨ ਦੇ ਮਹੱਤਵਪੂਰਨ ਨਿਰਯਾਤ ਕਮਾਈ ਪੈਦਾ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਉਦਯੋਗਾਂ ਦੇ ਵਿੱਚੋਂ ਇੱਕ ਨੇ ਇਸ ਦੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਉਹਨਾਂ ਨੂੰ ਜਾਰੀ ਰੱਖਣ ਦੇ ਲਈ ਸਮਰਥਨ ਕਰੀਏ ਅਤੇ ਇਹ ਯਕੀਨੀ ਕਰਦੇ ਹੋਏ ਜਿੱਥੇ ਨੌਕਰੀ ਦੇ ਮੌਕੇ ਹੁੰਦੇ ਨੇ ਨਿਊਜ਼ੀਲੈਂਡ ਵਾਲਿਆਂ ਨੂੰ ਉਹਨਾਂ ਨੂੰ ਪਰੰਦਾਇਕ ਉਚਿਤ ਮੌਕਾ ਦਿੱਤਾ ਜਾਵੇ ਪਰਤ ਨਾਲ ਸੰਬੰਧਿਤ ਸ਼੍ਰੀਨਗਰ ਤੋਂ ਹੀ ਇਸ ਖਬਰ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਖਨੂਰ ਪੁਲਿਸ ਬਲ ਅਤੇ ਫੌਜ ਦੀ ਜੁਆਇੰਟ ਟੀਮ ਨੇ ਮਿਲ ਕੇ ਨਈਵਾਲਾ ਖਾਦ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਡਰੋਨ ਦੇ ਜ਼ਰੀਏ ਗिराए ਗਏ ਕਈ ਪੈਕੇਟ ਜ਼ਬਤ ਕੀਤੇ ਨੇ ਇਨ੍ਹਾਂ ਪੈਕੇਟਾਂ ਦੇ ਵਿੱਚੋਂ ਪੁਲਿਸ ਨੇ 2 AK-47 ਰਾਈਫਲ ਤੇ ਨੇ AK-47 ਦੀ ਮੈਗਜ਼ੀਨ, ਅਮਿਊਨੀਸ਼ਨ ਦੇ 90 ਰਾਊਂਡ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ ਜੰਮੂ ਦੇ ਐਸਐਸਪੀ ਸ਼੍ਰੀਤਰ ਪਟੇਲ ਨੇ ਦੱਸਿਆ ਕਿ ਸਰਹੱਦ ਦੇ ਕਰੀਬ 12 ਕਿਲੋਮੀਟਰ ਦੂਰ ਖਨੂਰ ਸੈਕਟਰ ਦੇ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਦੀਆਂ 2 ਖੇਪ ਬਰਾਮਦ ਹੋਈਆਂ ਨੇ ਹਥਿਆਰ ਕਸ਼ਮੀਰ ਕਾਟੀ ਦੇ ਵਿੱਚ ਅਤਵਾਦੀਆਂ ਨੂੰ ਸੌਂਪਨ ਦੇ ਲਈ ਭੇਜੇ ਗਏ ਸਨ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਇਸ ਦੇ ਪਿੱਛੇ ਜੈਸ਼ ਮੁਹੰਮਦ ਦਾ ਹੱਥ ਹੈ ਦੱਸਿਆ ਗਿਆ ਕਿ ਪਾਕਿਸਤਾਨ ਤੋਂ ਆਏ ਦਿਨ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੁਝ ਪੈਂਡ ਕਰ ਰਹੇ ਅਤੇ دہشت ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਸੋਮਵਾਰ ਨੂੰ ਵੀ ਐਲਓਸੀ ਦੇ ਪਲਵਾਮਾ ਸੈਕਟਰ ਦੇ ਵਿੱਚ ਕੇਰੀ ਬੱਟਲ ਅਤੇ ਬਰਡੋ ਖੇਤਰ ਦੇ ਵਿੱਚ ਪਾਕਿਸਤਾਨੀ ਫੌਜ ਨੇ ਅਤੇ ਫੌਜੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਹਾਲਾਂਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਤੋਂ ਇਹ ਖਬਰ ਦੇ ਅਨੁਸਾਰ ਖੇਤੀਬਾੜੀ ਵਿੱਲ ਦੇ ਵਿਰੋਧ ਦੇ ਵਿੱਚ ਸਰਕਾਰ ਨੇ ਕਣਕ ਦੇ ਐਮਐਸਪੀ ਰੇਟ ਤੇ ਪ੍ਰਤੀ ਕੁਇੰਟਲ 50 ਰੁਪਏ ਵਧਾਉਣ ਦਾ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਛੇਹਾੜੀ ਦੀਆਂ ਫਸਲਾਂ ਦਾ ਨਮਾ ਐਮਐਸਪੀ ਜਾਰੀ ਕੀਤਾ ਹੈ। ਦੱਸਦੀ ਹੈ ਕਿ ਸੰਸਦ ਦੇ ਵਿੱਚ ਖੇਤੀਬਾੜੀ ਦੇ ਦੋ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਨਾ ਸਿਰਫ ਵਿਰੋਧੀ ਧਿਰ ਹਮਲਾ ਬਰਾਂ ਬਲਕਿ ਹਰਿਆਣਾ ਤੇ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤਰ ਆਏ ਨੇ। ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਈ ਇਸ ਖਬਰ ਦੇ ਅਨੁਸਾਰ ਕੋਵਿਡ ਵਿਰੋਧ ਸੂਬੇ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਫਤਿਹ ਕਿੱਟ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਤਹਿਤ ਸੂਬਾ ਸਰਕਾਰ ਘਰ ਜਾਂ ਫਿਰ ਹਸਪਤਾਲ ਦੇ ਵਿੱਚ ਇਕਾਂਤ ਵਸ ਹੋਏ ਮਰੀਜ਼ਾਂ ਨੂੰ ਤੁਰੰਤ ਕਿਟਾ ਵੰਡਨੀ ਸ਼ੁਰੂਆਤ ਕਰੇਗੀ ਸੂਬਾ ਸਰਕਾਰ ਵੱਲੋਂ 50 ਹਜ਼ਾਰ ਕਿਟਾਂ ਦੇ ਆਰਡਰ ਦੇ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 5000 ਕਿਟਾਂ ਪਹਿਲਾਂ ਹੀ ਪ੍ਰਾਪਤ ਹੋ ਗਈਆਂ ਨੇ ਜਦੋਂ ਕਿ ਬਾਕੀ ਸਪਲਾਈ 1 ਹਫ਼ਤੇ ਦੇ ਵਿੱਚ ਮਿਲਣ ਦੀ ਉਮੀਦ ਹੈ ਕੋਵਿਡ ਦੀ ਸਥਿਤੀ ਦੇ ਬਾਰੇ ਜਾਇਜ਼ਾ ਲੈਣ ਦੇ ਲਈ ਵਰਚੁਅਲ ਮੀਟਿੰਗ ਦੇ ਦੌਰਾਨ ਕਿਟ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕਿਟਾਂ ਵੰਡਨ ਦੀਆਂ ਤਰਜੀਹਾਂ ਮਿੱਥੀਆਂ ਜਾਣ ਅਤੇ ਅਗਲੇ ਹਫ਼ਤੇ ਦੇ ਵਿੱਚ ਸਾਰੇ 1800 ਸਰਗਰਮ ਮਰੀਜ਼ਾਂ ਨੂੰ ਇਹ ਕਿਟਾਂ ਮਿਲਣੀਆਂ ਯਕੀਨੀ ਬਣਾਇਆ ਜਾਵੇ। ਇਸ ਕਿਟ ਦੇ ਵਿੱਚ 18 ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਪਲੱਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਜ਼ਰੂਰੀ ਦਵਾਈਆਂ ਕਾੜੇ ਤੋਂ ਇਲਾਵਾ ਸੰਬੰਧਿਤ ਸਿੱਖਿਆ ਸਮੱਗਰੀ ਅਤੇ ਦਵਾਈ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਨੇ। ਮਰੀਜ਼ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਹਦਾਇਤਾਂ ਕਿੱਟ ਮੁਹੱਈਆ ਕਰਵਾਈਆਂ ਗਈਆਂ ਨੇ ਜਿਸ ਦੇ ਨਾਲ ਇੱਕ ਸਵੈ ਨਿਗਰਾਨੀ ਚਾਰਟ ਵੀ ਹੈ ਇਸ ਕਿੱਟ ਦੀ ਮਦਦ ਦੇ ਨਾਲ ਇਕਾਂਤ ਵਸੇ ਵਿੱਚ ਰਹਿ ਰਹੇ ਸਾਰੇ ਕੋਵਿਡ ਮਰੀਜ਼ਾਂ ਦੇ ਸਿਹਤ ਸੂਚਕਾਂਕ ਦੀ ਨਿਰੰਤਰ ਸਵੈ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਤਾਂ ਕਿ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਨਾਜ਼ੁਕ ਮਾਪਦੰਡਾਂ ਦੀ ਛੇਤੀ ਪਹਿਚਾਨ ਕੀਤੀ ਜਾ ਸਕੇ ਸਿਹਤ ਮੰਤਰੀ ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਿੱਟ ਉਨ੍ਹਾਂ ਦੀ ਵਰਤੋਂ ਅਤੇ ਸਿਹਤ ਬਾਰੇ ਸਹੀ ਨਿਗਰਾਨੀ ਦੀ ਲੋੜੀ ਦੀ ਜਾਣਕਾਰੀ ਦਿੰਦੀ ਹੈ ਕੋਵਿਡ ਬਾਰੇ ਸੂਬੇਰੀ ਮਾਹਿਰਾਂ ਦੀ ਕਮੇਟੀ ਦੇ ਚੇਅਰਮੈਨ ਡਾਕਟਰ ਕੇਕੇ ਤਲਵਾੜ ਨੇ ਕਿਹਾ ਕਿ 60-70 ਤੋਂ ਵੱਧ ਉਮਰ ਵਾਲੇ ਮਰੀਜ਼ਾਂ ਦਾ ਘਰੇਲੂ ਇਕਾਂਤ ਵਾਸ ਚਿੰਤਾ ਦਾ ਵਿਸ਼ਾ ਹੈ ਅਤੇ ਜੇਕਰ ਉਹ ਘਰਾਂ ਦੇ ਵਿੱਚ ਲੋੜੀਂਦੀ ਦੇਖਭਾਲ ਤੇ ਨਿਗਰਾਨੀ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਹਸਪਤਾਲ ਜਾਣ ਦੇ ਲਈ ਹੌਸਲਾ ਦੇਣਾ ਚਾਹੀਦਾ ਹੈ। ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਏ ਇਸ ਖਬਰ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸੂਬੇ ਦੇ ਵਿੱਚ 25 ਸਤੰਬਰ ਨੂੰ ਚੱਕਾ ਜਾਮ ਕਰਨ ਅਤੇ ਸੰਗਾਰਸ਼ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ 1 ਅਕਤੂਬਰ ਨੂੰ ਤਿੰਨੇ ਤਖਤਾਂ ਤੋਂ ਮੁਹਾਲੀ ਤੱਕ ਕਿਸਾਨ ਮਾਰਚ ਕੱਢਿਆ ਜਾਵੇਗਾ ਤੇ ਸੂਬੇ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਜਾਵੇਗਾ ਇਸ ਬਾਰੇ ਫੈਸਲਾ ਕੱਲ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸ਼੍ਰੀ ਸੁਖਵੀਰ ਬਾਦਲ ਨੇ ਕੀਤੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਪ੍ਰਧਾਨ 26 ਤੋਂ ਲੈ ਕੇ 29 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦੌਰਾ ਕਰਕੇ ਪਾਰਟੀ ਕੈਡਰ ਦੇ ਨਾਲ ਗੱਲਬਾਤ ਕਰਨਗੇ ਐਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ ਹੁਣ ਦੇਉਗਾ ਗਗਨਦੀਪ ਨੂੰ ਇਜਾਜ਼ਤ ਸੁਣਦੇ ਰਹੋ ਰੇਡੀਓ ਚੰਦ ਪਰਦੇਸੀ